ਸ਼ਸ਼ਰੀਏ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਵਾਲੀਆ ਮੇਰਾ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਆਪਾਂ ਗੱਲ ਕਰਾਂਗੇ 10 ਅਕਤੂਬਰ ਨੂੰ ਪੰਜਾਬ ਦੇ ਮੌਸਮ ਬਾਰੇ ਜਾਣਕਾਰੀ ਮੌਸਮ ਕਿਹੋ ਜਿਹਾ ਰਹੇਗਾ ਮੀਂਹ ਕਿੱਥੇ ਪਵੇਗਾ ਕਿਹੜੇ ਜ਼ਿਲ੍ਹਿਆਂ ਵਿੱਚ ਧੁੱਪ ਹੋਵੇਗੀ ਕਿਹੜੇ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ ਹਵਾਵਾਂ ਕਿਹੋ ਜਿਹੀਆਂ ਹੀ ਰਹਿਣਗੀਆਂ ਜੋ ਦਰਸ਼ਕ ਚੈਨਲ ਮੇਰਾ ਪਹਿਲੀ ਵਾਰੀ ਵੇਖ ਰਹੇ ਹਨ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨੋਟੀਫਿਕੇਸ਼ਨ ਵਾਲੀ ਬੈਲ ਲਗਾਉਣੀ ਨਾ ਭੁੱਲੋ। ਦੋਸਤੋ ਇਸ ਦੇ ਨਾਲ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਕਿ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਇਹ ਬਹੁਤ ਹੀ ਲਾਭਦਾਇਕ ਹੈ। ਹੁਣ ਆਪਾਂ ਗੱਲ ਕਰਾਂਗੇ ਮੌਸਮ ਬਾਰੇ। ਦੋਸਤੋ ਬੱਦਲਵਾਈ ਸਵੇਰ ਤੋਂ ਹੀ ਲੈ ਕੇ 50 ਤੋਂ ਲੈ ਕੇ 70% ਭਾਗਾਂ ਦੇ ਵਿੱਚ ਦਰਮਿਆਨਯੋਤ ਸੰਗਨੇ ਰੂਪ ਵਿੱਚ ਬਣੀ ਹੋਈ ਹੈ। ਕੁਝ ਇਲਾਕਿਆਂ ਵਿੱਚ ਹਲਕੇ-ਵਲਕੇ ਧੁੱਪ ਦਾ ਦੌਰ ਵੀ ਦੇਖਣ ਨੂੰ ਮਿਲੇਗਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਇਸੇ ਤਰ੍ਹਾਂ ਹੀ ਰਹੇਗਾ। ਬਦਲਵਾਈ ਨਾਲ ਮੀਂਹ ਤੇ ਧੁੱਪ ਦਾ ਦੌਰ ਵੀ ਵੇਖਣ ਨੂੰ ਮਿਲੇਗਾ ਜਿਵੇਂ ਕੱਲ ਰਾਤ ਤੋਂ ਹੀ ਪੰਜਾਬ ਦੇ ਵਿੱਚ ਕੁਝ ਹਿੱਸਿਆਂ ਵਿੱਚ ਹਲਕਾ-ਫੁਲਕਾ ਮੀਂਹ ਵੇਖਣ ਨੂੰ ਮਿਲ ਰਿਹਾ ਹੈ ਤੇ ਟਟ ਉਹ ਵੀ ਟਟਵੇਂ ਰੂਪ ਦੇ ਵਿੱਚ ਅੱਜ ਵੀ ਕੁਝ ਭਾਗਾਂ ਦੇ ਵਿੱਚ ਹਲਕੀਆਂ-ਫੁਲਕੀਆਂ ਮੀਂਹ ਦੀਆਂ ਬੁਸ਼ਾਰਾ ਆਪਾਂ ਨੂੰ ਕਿਤੇ-ਕਿਤੇ ਵੇਖਣ ਨੂੰ ਮਿਲਣਗੀਆਂ ਜ਼ਿਆਦਾ ਭਾਰੀ ਆ ਬਹੁਤ ਤੇਜ਼ ਵੀ ਦੱਸ ਪਹਿਲਾਂ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੇਗਾ ਪੰਜਾਬ ਦੇ ਸਾਰੇ ਹੀ ਭਾਗਾਂ ਦੇ ਵਿੱਚ ਕਿਤੇ-ਕਿਤੇ ਹਲਕਾ-ਫੁਲਕਾ ਮੀਂਹ ਵੇਖਣ ਨੂੰ ਮਿਲ ਸਕਦਾ ਹੈ ਆਪਾਂ ਇੱਥੇ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਕਿਸੇ ਖਾਸ ਜ਼ਿਲ੍ਹੇ ਬਾਰੇ ਕਿ ਇਸ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਵੇਗਾ ਜਾਂ ਬਹੁਤ ਜ਼ਿਆਦਾ ਬੱਦਲਵਾਈ ਹੋਵੇਗੀ ਪੰਜਾਬ ਦੇ ਕਿਸੇ ਖਾਸ ਜ਼ਿਲ੍ਹੇ ਬਾਰੇ ਆਪਾਂ ਕੋਈ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਇਹ ਜਿਹੜਾ ਬੱਦਲਵਾਈ ਹੈ ਇਹ ਸਾਰੇ ਹੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਬਣੀ ਹੋਈ ਹੈ ਦੱਖਣ ਪੂਰਬੀ ਇਲਾਕਿਆਂ ਵਿੱਚ ਬੱਦਲਵਾਈ ਸੰਘਣੀ ਹੋ ਸਕਦੀ ਹੈ ਤੇ ਮੀਂਹ ਦੇ ਚਾਂਸ ਵੀ ਵੱਧ ਹੋਣਗੇ ਦੂਜੇ ਪਾਸੇ ਕੁਝ ਭਾਗਾਂ ਦੇ ਵਿੱਚ ਮੀਂਹ ਘੱਟ ਹੋਣਗੇ ਅੱਜ 10 ਅਕਤੂਬਰ ਤੋਂ ਕੱਲ ਤੱਕ ਮੀਂਹ ਦੇ ਸਾਰ ਇਸੇ ਤਰ੍ਹਾਂ ਬਨੇ ਰਹਿਣਗੇ ਜੇਕਰ ਆਪਾਂ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਬਦਲਦੀਆਂ ਗਤੀਵਿਧੀਆਂ ਚ ਰਹਿਣਗੀਆਂ ਦੱਖਣ ਪੂਰਬੀ ਹਵਾਵਾਂ ਵੀ ਦੇਖਣ ਨੂੰ ਮਿਲਗੀਆਂ ਕੁਝ ਇਲਾਕਿਆਂ ਵਿੱਚ ਉੱਤਰੀ ਹਵਾਵਾਂ ਵੀ ਦੇਖਣ ਨੂੰ ਮਿਲਣਗੀਆਂ ਜੋ ਕਿ ਉੱਤਰ ਵਾਲੇ ਇਲਾਕਿਆਂ ਵਿੱਚ ਵਧਣਗੀਆਂ ਪਹਾੜੀ ਇਲਾਕਿਆਂ ਵਿੱਚ ਕੁਝ ਇਲਾਕਿਆਂ ਵਿੱਚ ਮੀਂਹ ਦਾ ਸਾਰ ਤੇ ਗਤੀਵਿਧੀਆਂ ਇਸੇ ਤਰ੍ਹਾਂ ਬਣੀਏ ਰਹਿਣਗੀਆਂ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ ਜਾਂ ਬੱਦਲਵਾਈ ਬਣੀ ਰਹੇਗੀ ਕੱਲ ਤੱਕ ਮੌਸਮ ਦੁਪਹਿਰ ਤੋਂ ਬਾਅਦ ਸਾਫ਼ ਹੋ ਜਾਵੇਗਾ ਦੋਸਤੋ ਅਗਲੀ ਅਪਡੇਟ ਲਈ ਤੁਸੀਂ ਮੇਰੀ ਵੀਡੀਓ ਜ਼ਰੂਰ ਵੇਖਦੇ ਰਹੋ ਧੰਨਵਾਦ